ਕੀਤੀ ਹੈ। ਉੱਥੇ ਹੀ ਕਿਸਾਨੀ ਦੇ ਨਾਲ ਨਾਲ ਸਹਾਇਕ ਧੰਦਿਆਂ ਵਿੱਚ ਲੱਗੇ ਹੋਏ ਕਿਸਾਨਾਂ ਵਿੱਚ ਵੀ ਉਮੀਦ ਦੀ ਕਿਰਨ ਜਗੀ ਹੈ ਹਰ ਧੰਦੇ ਜਿਵੇਂ ਕਿ ਮਸ਼ਰੂਮ ਦੀ ਪੈਦਾਵਾਰ ਨਾਲ ਜੁੜੇ ਹੋਏ ਛੋਟੇ ਅਤੇ ਵੱਡੇ ਕਿਸਾਨ ਸਰਕਾਰ ਕੋਲੋਂ ਰਾਹਤ ਦੀ ਮੰਗ ਕੀਤੀ ਹੈ। ਛੋਟੇ ਕਿਸਾਨਾਂ ਦਾ ਕਹਿਣਾ ਹੈ ਕਿ ਮਸ਼ਰੂਮ ਦੀ ਪੈਦਾਵਾਰ ਨਾਲ ਜੁੜੇ ਹੋਏ ਵੱਡੇ ਕਿਸਾਨਾਂ ਨੂੰ ਵੱਡੇ ਪੱਧਰ ਤੇ ਤਾਂ ਸਬਸਿਡੀ ਦਿੱਤੀ ਜਾਂਦੀ ਹੈ, ਪਰ ਛੋਟੇ ਪੱਧਰ ਤੇ 100 ਜਾਂ 200 ਦੀ ਗਿਣਤੀ ਤੱਕ ਬੈਗ ਰੱਖਣ ਤੱਕ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਸਬਸਿਡੀ ਨਹੀਂ ਦਿੱਤੀ ਜਾਂਦੀ ਛੋਟੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਛੋਟੇ ਕਿਸਾਨਾਂ ਲਈ 100 ਤੋਂ 200 ਤੱਕ ਦੇ ਬੈਗ ਰੱਖੇ, ਮਸ਼ਰੂਮ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਵੀ ਰਾਹਤ ਦੇਵੇ ਕੈਮਰਾਮੈਨ ਸੁਨੀਲ ਲੱਖਾ ਦੇ ਨਾਲ ਸੰਦੀਪ ਚੋਪੜਾ ਦੀ ਰਿਪੋਰਟ। ਮੈਨੂੰ ਜੀ 6-7 ਸਾਲ ਤੋਂ ਉੱਪਰ ਹੋ ਗਿਆ ਮਸ਼ਰੂਮ ਦਾ ਕੰਮ ਕਰਦੇ ਨੂੰ। ਜਿਹੜੇ ਛੋਟੇ ਫਾਰਮਰ ਹੁੰਦੇ ਉਹ ਤਾਂ ਸੀਜ਼ਨ ਦੇ ਤੌਰ 'ਤੇ ਕਰਦੇ ਹੈਗੇ, ਕਈ ਤਾਂ ਆਪ ਬਣਾ ਲੈਂਦੇ ਹੈਗੇ, ਅਸੀਂ ਬਣੀ ਬਣਾਈ ਕੰਪੋਸਟ ਲੈ ਲਈਦੀ ਹੈ ਵੱਡੇ ਫਾਰਮ ਤੋਂ, ਉਹਨੂੰ ਫਿਰ ਆਪਾਂ ਸੀਜ਼ਨ ਦੇ ਤੌਰ 'ਤੇ ਆਪਣਾ ਕੰਮ ਕਰਕੇ ਅਤੇ ਜਿਹੜੀ ਬਚੀ ਹੋਈ ਕੰਪੋਸਟ ਵੇਸਟ ਹੁੰਦੀ ਹੈ ਉਹ ਖੇਤਾਂ 'ਚ ਪਾ ਦਈ ਦੀ ਹੈ। ਇਹਦੀ ਖੇਤੀ ਸੀਜ਼ਨਲ ਤੌਰ 'ਤੇ ਹੁੰਦੀ, ਟੈਂਪਰੇਚਰ ਕੰਟਰੋਲ ਚਾਹੀਦਾ, ਪਹਿਲਾਂ ਤਾਂ ਇਹਨੂੰ 25 ਡਿਗਰੀ ਟੈਂਪਰੇਚਰ ਚਾਹੀਦਾ ਸਪਾਨ ਰਨ ਲਈ, ਫਿਰ ਉਸ ਤੋਂ ਬਾਅਦ ਇਹਦਾ ਟੈਂਪਰੇਚਰ ਕੰਟਰੋਲ ਕਰ ਲੈਣਾ 14 ਡਿਗਰੀ ਤੋਂ ਲੈ ਕੇ 18 ਡਿਗਰੀ ਤੱਕ ਕੰਟਰੋਲ ਕਰਕੇ ਇਹਦੀ ਖੇਤੀਬਾੜੀ ਬੜੇ ਆਰਾਮ ਨਾਲ ਕੀਤੀ ਜਾ ਸਕਦੀ ਹੈ। ਸਹਾਇਕ ਧੰਦੇ ਤੌਰ 'ਤੇ ਬਹੁਤ ਵਧੀਆ ਚੀਜ਼ ਹੈ। ਗੌਰਮੈਂਟ ਵੱਲੋਂ ਕੋਈ ਹੈਲਪ ਨਹੀਂ ਮਿਲ ਰਹੀ, ਗੌਰਮੈਂਟ ਨੂੰ ਚਾਹੀਦਾ ਵੀ ਇਹਦੇ ਉੱਪਰ ਸਬਸਿਡੀ ਪ੍ਰਦਾਨ ਕਰੇ, ਪਰ ਉੱਧਰੋਂ ਸਾਨੂੰ ਕੋਈ ਸਬਸਿਡੀ ਨਹੀਂ ਮਿਲ ਰਹੀ, ਕੋਈ ਕੁਛ ਨਹੀਂ ਮਿਲ ਰਿਹਾ ਇਹਦੇ ਉੱਪਰ। ਮਸ਼ਰੂਮ ਰਿਲੇਟਡ ਕੰਮ ਦੇ ਉੱਪਰ ਕੋਈ ਇਹਨਾਂ ਵੱਲੋਂ ਸਬਸਿਡੀ ਨਹੀਂ ਹਾਲ ਤੱਕ ਸਾਨੂੰ ਮਿਲ ਰਹੀ। ਇਹਦੀ ਪੈਦਾਵਾਰ ਆਪਣੇ ਇੱਕ ਬੈਗ 10 ਕਿਲੋ ਦਾ ਹੁੰਦਾ ਅਤੇ ਉਹਦੇ ਵਿੱਚੋਂ 1.5 ਕਿਲੋ ਦੇ ਤਕਰੀਬਨ ਇਹਦੀ ਪੈਦਾਵਾਰ ਨਿਕਲ ਆਉਂਦੀ ਹੈ। ਮੰਡੀਕਰਨ ਦੇ ਵਿੱਚ ਸਾਨੂੰ ਸਮੱਸਿਆ ਆ ਰਹੀ ਹੈ, ਪਹਿਲਾਂ ਤਾਂ ਇਹਦੀ ਮਾਰਕੀਟਿੰਗ ਕਰਨੀ ਸਾਡੇ ਲਈ ਬਹੁਤ ਮੁਸ਼ਕਲ ਹੋ ਰਹੀ ਹੈ। ਪੈਦਾਵਾਰ ਅਸੀਂ ਕਰਕੇ ਲੈ ਕੇ ਜਾ ਰਹੇ ਹਾਂ, ਲੇਕਿਨ ਮੰਡੀਕਰਨ ਜਿਹੜਾ ਹੈਗਾ ਉੱਧਰ ਆੜ੍ਹਤੀਆਂ ਵੱਲੋਂ ਰੇਟ ਇਹਦਾ ਬਿਲਕੁਲ ਨਹੀਂ ਲਗਾਇਆ ਜਾਂਦਾ, ਉਹ ਪੂਰੀ ਤਰ੍ਹਾਂ ਸਾਡਾ ਸ਼ੋਸ਼ਣ ਕਰ ਰਿਹਾ, ਲੇਕਿਨ ਆਪ ਪੂਰੀ ਕਮਾਈ ਕਰ ਰਹੇ ਹਾਂ ਇਹ ਤੋਂ। ਨਹੀਂ, ਮੈਂ ਹੁਸ਼ਿਆਰਪੁਰ 'ਚ ਵੇਚ ਰਿਹਾ ਹੈਗਾ ਜੀ। ਇਹਦਾ ਇੱਕ ਬੈਗ ਦੀ ਕੀਮਤ ਜਿਹੜੀ ਹੈਗੀ ਜੀ 85 ਰੁਪਏ ਪੈਂਦੀ ਹੈਗੀ ਆ, ਵਿਦ ਕੇਸਿੰਗ ਜਿਹੜੀ ਅਸੀਂ ਕੇਸਿੰਗ ਮਿੱਟੀ ਉੱਪਰ ਪਾਈ ਦੀ ਆ। ਇਹਦੇ ਵਿੱਚ 10 ਕਿਲੋ ਕੰਪੋਸਟ ਹੁੰਦੀ ਹੈ ਅਤੇ ਸਾਨੂੰ ਸੰਨੀ ਥਿਆੜਾ ਭਾਜੀ ਤੋਂ ਮਿਲ ਰਹੀ ਹੈ, ਉਹ ਹੀ ਬਣਾ ਕੇ ਪੈਸਚਰਾਈ ਯੂਨਿਟ ਉਹਨਾਂ ਦਾ ਹੈਗਾ, ਉੱਥੋਂ ਅਸੀਂ ਲੈ ਕੇ ਆਈਦੀ ਆ। ਆਪਣੀ ਲੋੜ ਦੇ ਅਨੁਸਾਰ ਜਿੰਨੇ ਬੈਗ ਤੁਸੀਂ ਰੱਖ ਸਕਦੇ ਹਾਂ ਤੁਸੀਂ ਰੱਖ ਸਕਦੇ ਹਾਂ, ਛੋਟੇ ਤੋਂ ਛੋਟੇ 50 ਬੈਗ ਤੋਂ ਕੰਮ ਸ਼ੁਰੂ ਕਰਨਾ ਚਾਹੀਦਾ। ਪਹਿਲੀ ਸਟਾਰਟਿੰਗ ਸ਼ੁਰੂਆਤ ਜਿਹੜੀ ਹੈਗੀ 25 ਦਿਨ ਤੋਂ ਹੁੰਦੀ ਹੈ, 25 ਦਿਨ ਤੋਂ ਬਾਅਦ ਤੁਸੀਂ ਰੋਜ਼ ਲਗਾਤਾਰ 3 ਮਹੀਨੇ ਤੁੜਾਈ ਕਰਨੀ ਹੈਗੀ ਹੈ। ਇਹਦੀ ਤੁੜਾਈ ਕਰਕੇ ਤੁਸੀਂ ਫਿਰ ਆਪਣਾ ਮੰਡੀ ਸਿੱਟ ਸਕਦੇ ਹੋ। ਇਹ ਜਿਹੜਾ ਖੁੰਬਾਂ ਦੀ ਕਲਟੀਵੇਸ਼ਨ ਦਾ ਧੰਦਾ ਇੱਕ ਸਹਾਇਕ ਧੰਦੇ ਵਜੋਂ ਬਹੁਤ ਹੀ ਵਧੀਆ ਧੰਦਾ ਹੈ ਅਤੇ ਇਹਦੇ ਨਾਲ ਜਿਹੜੇ ਫਾਰਮਰ ਆ ਕਾਫੀ ਜਿਹੜੀ ਇਨਕਮ ਕਮਾ ਰਹੇ ਆ। ਇਹਦੇ 'ਚ ਪੰਜਾਬ ਦੇ ਵਿੱਚ ਲਗਭਗ 6,017 ਮੀਟ੍ਰਿਕ ਟਨ ਪੈਦਾਵਾਰ ਹੁੰਦੀ ਆ, ਜਿਹਦੇ ਵਿੱਚੋਂ 25% ਜਿਹੜੇ ਪ੍ਰੋਡਕਸ਼ਨ ਆ ਸਿਰਫ ਜਿਹੜੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆ, ਜਿਹੜੀ ਕਿ ਲਗਭਗ 1472 ਮੀਟ੍ਰਿਕ ਟਨ ਦੇ ਹੈਗੀ ਆ, ਜੋ ਪੰਜਾਬ ਦੇ ਵਿੱਚ ਸਭ ਤੋਂ ਵੱਧ ਹੈ। ਅਤੇ ਇਹਦੇ ਪ੍ਰੋਡਕਸ਼ਨ ਕਰਨ ਲਈ ਜਿਹੜੀਆਂ ਕਿਸਾਨਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ, ਉਹਦੇ 'ਚ ਕੌਮੀ ਬਾਗਬਾਨੀ ਮਿਸ਼ਨ ਦੇ ਤਹਿਤ ਜਿਹੜੇ ਖੁੰਬਾਂ ਪੈਦਾ ਕਰਨੇ ਆ, ਉਹਦੇ ਦਾ ਜਿਹੜਾ ਪ੍ਰੋਜੈਕਟ ਹੈਗਾ ਉਹ ਕੋਈ 20 ਲੱਖ ਦਾ ਪ੍ਰੋਜੈਕਟ ਹੈਗਾ, ਜਿਹਦੇ 'ਤੇ 40% ਸਬਸਿਡੀ, ਜੋ ਕਿ 8 ਲੱਖ ਰੁਪਏ ਸਬਸਿਡੀ ਬਣਦੀ ਆ। ਇਹਦੇ ਵਾਸਤੇ ਸਾਨੂੰ ਇੱਕ ਜਿਹੜਾ DPR ਜਿਹਨੂੰ ਡਿਟੇਲ ਪ੍ਰੋਜੈਕਟ ਰਿਪੋਰਟ ਕਹਿੰਦੇ ਆ, ਉਹ ਪ੍ਰੋਜੈਕਟ ਰਿਪੋਰਟ ਬਣਵਾ ਕੇ ਉਹ ਅਪਰੂਵ ਕਰਵਾ ਕੇ ਅਤੇ ਫਿਰ ਉਹ 'ਤੇ ਆਪਾਂ ਨੂੰ ਸਬਸਿਡੀ ਮਿਲਦੀ ਆ। ਇਹ ਜਿਹੜਾ ਮੈਂ ਤੁਹਾਨੂੰ ਦੱਸਿਆ ਜੀ, ਪਹਿਲਾਂ ਜਿਹੜੀ ਆਪਾਂ ਖੁੰਬਾਂ ਪੈਦਾ ਕਰਨ ਦਾ ਜਿਹੜਾ ਯੂਨਿਟ ਹੈਗਾ ਉਹਦੇ 'ਤੇ 20 ਲੱਖ ਦਾ ਪ੍ਰੋਜੈਕਟ ਆ ਅਤੇ 40% ਸਬਸਿਡੀ ਜਿਹੜੀ 8 ਲੱਖ ਰੁਪਏ ਬਣਦੀ ਆ। ਇਸੇ ਤਰ੍ਹਾਂ ਹੀ ਜਿਹੜਾ ਕੰਪੋਸਟ ਮੇਕਿੰਗ ਆ, ਜਿਹਦੇ ਵਿੱਚ ਅਸੀਂ ਖੁੰਬਾਂ ਪੈਦਾ ਕਰਨੀਆਂ, ਉਹ ਕੰਪੋਸਟ ਮੇਕਿੰਗ